ਦੇ ਪਹਿਲੇ ਗਾਣੇ ਰਹੇ ਸੀ ਇਹ ਵੀ ਬਿਲਬੋਰਡ ਤੇ ਹੀ ਜਾਏਗਾ ਸੁਪਰ ਹਿੱਟ ਸੁਪਰ ਡੂਪਰ ਹਿੱਟ ਹੋਣਾ ਹੈ ਕੱਲਦੇ ਆ ਉਹ ਪੱਗ ਬੰਨਣ ਲੱਗੇ ਉਹਦੇ ਕਰਕੇ ਨਾ ਉਹਨੂੰ ਦੇਖ ਕੇ ਬਹੁਤ ਜ਼ਿਆਦਾ ਬੱਚੇ ਇਨਸਪਾਇਰ ਹੋ ਰਹੇ ਆਪਣੇ ਪੇਰੈਂਟਸ ਦੀ ਇੱਜ਼ਤ ਕਰਨ ਲੱਗ ਰਹੇ ਨੇ ਲੱਗ ਤਾਂ ਅੱਛਾ ਰਿਹਾ ਪਰ ਉਹਨੂੰ ਮਿਲਦੇ ਤਾਂ ਬਹੁਤ ਅੱਛਾ ਲੱਗਦਾ ਸਰਕਾਰਾਂ ਕੁਛ ਨਹੀਂ ਕਰਦੀਆਂ ਉਹ ਕੁਛ ਵੀ ਨਹੀਂ ਕਰਦੀਆਂ ਜੇ ਉਹਨਾਂ ਦੇ ਹੱਥ 'ਚੋਂ ਹੁੰਦਾ ਤਾਂ ਕੁਛ ਨਾ ਜੇਲ੍ਹ 'ਚ ਬੈਠੇ ਇੰਟਰਵਿਊ ਦੇ ਰਹੇ ਆ ਉਹ ਫਿਰ ਵੀ ਕੋਈ ਕੁਛ ਵੀ ਨਹੀਂ ਕਰਦੀਆਂ ਸਰਕਾਰਾਂ ਤੋਂ ਮੇਰਾ ਨਾਮ ਰਵਿੰਦਰ ਕੌਰ ਹੈ ਹਾਂਜੀ ਹਾਂਜੀ ਉਹ ਬਿਲਬੋਰਡ ਤੇ ਹੀ ਜਾਏਗਾ ਜੀ ਜਿੱਦਾਂ ਉਹਦੇ ਪਹਿਲੇ ਗਾਣੇ ਰਹੇ ਸੀ ਇਹ ਵੀ ਬਿਲਬੋਰਡ ਤੇ ਹੀ ਜਾਏਗਾ ਸੁਪਰ ਹਿੱਟ ਸੁਪਰ ਡੂਪਰ ਹਿੱਟ ਹੋਣਾ ਹੈ ਹਾਂਜੀ ਉਹਨੂੰ ਵੇਖ ਕੇ ਬੱਚੇ ਵੀ ਔਰ ਥੋੜ੍ਹਾ ਮੁੰਡੇ ਜੋ ਅੱਜ ਕੱਲ੍ਹ ਦੇ ਆ ਉਹ ਪੱਗ ਬੰਨਣ ਲੱਗੇ ਉਹਦੇ ਕਰਕੇ ਨਾ ਉਹਨੂੰ ਦੇਖ ਕੇ ਬਹੁਤ ਜ਼ਿਆਦਾ ਬੱਚੇ ਇੰਸਪਾਇਰ ਹੋ ਰਹੇ ਆਪਣੇ ਪੇਰੈਂਟਸ ਦੀ ਇੱਜ਼ਤ ਕਰਨ ਲੱਗ ਰਹੇ ਨੇ ਲੱਗ ਤਾਂ ਅੱਛਾ ਰਿਹਾ ਪਰ ਉਹਨੂੰ ਮਿਲਦੇ ਤਾਂ ਬਹੁਤ ਅੱਛਾ ਲੱਗਦਾ ਸਰਕਾਰਾਂ ਕੁਛ ਨਹੀਂ ਕਰਦੀਆਂ ਉਹ ਕੁਛ ਵੀ ਨਹੀਂ ਕਰਦੀਆਂ ਜੇ ਉਹਨਾਂ ਦੇ ਹੱਥ 'ਚੋਂ ਹੁੰਦਾ ਤਾਂ ਕੁਛ ਨਾ ਕੁਛ ਜ਼ਰੂਰ ਹੁੰਦਾ ਜੇਲ੍ਹ 'ਚ ਬੈਠੇ ਇੰਟਰਵਿਊ ਦੇ ਰਹੇ ਆ ਉਹ ਫਿਰ ਵੀ ਕੋਈ ਕੁਛ ਵੀ ਨਹੀਂ ਕਰਦੀਆਂ ਸਰਕਾਰਾਂ ਤੋਂ ਤਾਂ ਉਮੀਦ ਰਹੀ ਨਹੀਂ ਉਹ ਰੱਬ ਤਾਂ ਜ਼ਰੂਰ ਦੇਗਾ ਉਹਦੀ ਉਹ ਇਨਸਾਨ ਇੰਨਾ ਅੱਛਾ ਸੀ ਉਹਨੂੰ ਇਨਸਾਫ ਜ਼ਰੂਰ ਮਿਲੇਗਾ ਆਸ ਹੈ ਸਾਨੂੰ ਜ਼ਰੂਰ ਮਿਲੇਗਾ ਇਨਸਾਫ ਜਿੱਦਾਂ ਉਹਦੇ ਪਹਿਲੇ ਗਾਣੇ ਰਹੇ ਸੀ ਇਹ ਵੀ ਬਿਲਬੋਰਡ ਤੇ ਹੀ ਜਾਏਗਾ ਸੁਪਰ ਡੂਪਰ ਹਿੱਟ ਹੋਣਾ ਹੈ ਅੱਜ ਕੱਲ੍ਹ ਦੇ ਆ ਉਹ ਪੱਗ ਬੰਨਣ ਲੱਗੇ ਉਹਦੇ ਕਰਕੇ ਨਾ ਉਹਨੂੰ ਦੇਖ ਕੇ ਬਹੁਤ ਜ਼ਿਆਦਾ ਬੱਚੇ ਇੰਸਪਾਇਰ ਹੋ ਰਹੇ ਆਪਣੇ ਪੇਰੈਂਟਸ ਦੀ ਇੱਜ਼ਤ ਕਰਨ ਲੱਗ ਰਹੇ ਨੇ ਲੱਗ ਤਾਂ ਅੱਛਾ ਰਿਹਾ ਪਰ ਉਹਨੂੰ ਮਿਲਦੇ ਤਾਂ ਬਹੁਤ ਅੱਛਾ ਲੱਗਦਾ ਸਰਕਾਰਾਂ ਕੁਛ ਨਹੀਂ ਕਰਦੀਆਂ ਉਹ ਕੁਛ ਵੀ ਨਹੀਂ ਕਰਦੀਆਂ ਜੇ ਉਹਨਾਂ ਦੇ ਹੱਥ 'ਚੋਂ ਹੁੰਦਾ ਤਾਂ ਕੁਛ ਨਾ ਜੇਲ੍ਹ 'ਚ ਬੈਠੇ ਇੰਟਰਵਿਊ ਦੇ ਰਹੇ ਆ ਉਹ ਫਿਰ ਵੀ ਕੋਈ ਕੁਛ ਵੀ ਨਹੀਂ ਕਰਦੀਆਂ ਸਰਕਾਰਾਂ ਤੋਂ ਮੇਰਾ ਨਾਮ ਰਵਿੰਦਰ ਕੌਰ ਹੈ ਹਾਂਜੀ ਹਾਂਜੀ ਉਹ ਬਿਲਬੋਰਡ ਤੇ ਹੀ ਜਾਏਗਾ ਜੀ ਜਿੱਦਾਂ ਉਹਦੇ ਪਹਿਲੇ ਗਾਣੇ ਰਹੇ ਸੀ ਇਹ ਵੀ ਬਿਲਬੋਰਡ ਤੇ ਹੀ ਜਾਏਗਾ ਸੁਪਰ ਡੂਪਰ ਹਿੱਟ ਹੋਣਾ ਹੈ ਹਾਂਜੀ ਉਹਨੂੰ ਵੇਖ ਕੇ ਬੱਚੇ ਵੀ ਔਰ ਥੋੜ੍ਹਾ ਮੁੰਡੇ ਜੋ ਅੱਜ ਕੱਲ੍ਹ ਦੇ ਆ ਉਹ ਪੱਗ ਬੰਨਣ ਲੱਗੇ ਉਹਦੇ ਕਰਕੇ ਨਾ ਉਹਨੂੰ ਦੇਖ ਕੇ ਬਹੁਤ ਜ਼ਿਆਦਾ ਬੱਚੇ ਇੰਸਪਾਇਰ ਹੋ ਰਹੇ ਆਪਣੇ ਪੇਰੈਂਟਸ ਦੀ ਇੱਜ਼ਤ ਕਰਨ ਲੱਗ ਰਹੇ ਨੇ ਲੱਗ ਤਾਂ ਅੱਛਾ ਰਿਹਾ ਪਰ ਉਹਨੂੰ ਮਿਲਦੇ ਤਾਂ ਬਹੁਤ ਅੱਛਾ ਲੱਗਦਾ ਸਰਕਾਰਾਂ ਕੁਛ ਨਹੀਂ ਕਰਦੀਆਂ ਉਹ ਕੁਛ ਵੀ ਨਹੀਂ ਕਰਦੀਆਂ ਜੇ ਉਹਨਾਂ ਦੇ ਹੱਥ 'ਚੋਂ ਹੁੰਦਾ ਤਾਂ ਕੁਛ ਨਾ ਕੁਛ ਜ਼ਰੂਰ ਹੁੰਦਾ ਜੇਲ੍ਹ 'ਚ ਬੈਠੇ ਇੰਟਰਵਿਊ ਦੇ ਰਹੇ ਆ ਉਹ ਫਿਰ ਵੀ ਕੋਈ ਕੁਛ ਵੀ ਨਹੀਂ ਕਰਦੀਆਂ ਸਰਕਾਰਾਂ ਤੋਂ ਤਾਂ ਉਮੀਦ ਰਹੀ ਨਹੀਂ ਉਹ ਰੱਬ ਤਾਂ ਜ਼ਰੂਰ ਦੇਗਾ ਉਹਦੀ ਉਹ ਇਨਸਾਨ ਇੰਨਾ ਅੱਛਾ ਸੀ ਉਹਨੂੰ ਇਨਸਾਫ ਜ਼ਰੂਰ ਮਿਲੇਗਾ ਆਸ ਹੈ ਸਾਨੂੰ ਜ਼ਰੂਰ ਮਿਲੇਗਾ ਇਨਸਾਫ